ਸਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਸਾਂਝਾ ਟੀਵੀ ਵੇਖ ਰਹੇ ਹੋ ਤਾਂ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੱਸ ਦਿੰਨੇ ਆ ਕਿ ਅੱਜ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ। ਬੀਤੀ ਦੇਰ ਸ਼ਾਮ ਕੱਲ ਚਾਰ ਮੰਤਰੀਆਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਅੱਜ ਨਵੇਂ ਚਿਹਰੇ ਜਿਹੜੇ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਗੇ ਤਾਂ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਵੱਲੋਂ ਰਾਜ ਭਵਨ ਦੇ ਵਿੱਚ ਇਹਨਾਂ ਨਵੇਂ ਮੰਤਰੀਆਂ ਨੂੰ ਜਿਹੜੀ ਹੈ ਸਹੁੰ ਚੁਕਾਈ ਜਾਵੇਗੀ। ਤਾਂ ਦੱਸ ਦਿੰਦੇ ਹਾਂ ਕਿ ਅੱਜ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਉੱਥੇ ਜੇ ਬੀਤੀ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਸ਼ਾਮ ਚਾਰ ਮੰਤਰੀਆਂ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਸੀ ਉਹਨਾਂ ਦੇ ਵਿੱਚੋਂ ਅਨਮੋਲ ਗਗਨ ਮਾਨ, ਇਸ ਦੇ ਨਾਲ ਹੀ ਬਲਕਾਰ ਸਿੰਘ ਦੇ ਨਾਲ ਨਾਲ ਚੇਤਨ ਸਿੰਘ ਜੋੜਾ ਮਾਜਰਾ ਅਤੇ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਗਿਆ। ਅਤੇ ਅੱਜ ਦੇ ਜੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਸਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ ਅਤੇ ਅੱਜ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਤਾਂ ਦੱਸ ਦਿੰਦੇ ਹਾਂ ਕਿ ਜਦੋਂ ਪਹਿਲਾਂ ਵਿਧਾਨ ਸਭਾ ਚੋਣਾਂ ਸੀ ਤਾਂ ਜਦੋਂ ਵਿਧਾਨ ਸਭਾ ਚੋਣਾਂ ਖਤਮ ਹੋਈਆਂ ਤਾਂ ਉਸ ਤੋਂ ਬਾਅਦ ਇਹ ਕਿਆਸਿਆਰੀਆਂ ਲਗਾਈਆਂ ਜਾ ਰਹੀਆਂ ਸੀ ਕਿ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਜਲੰਧਰ ਜਿਮਣੀਆਂ ਚੋਣਾਂ ਆ ਜਾਂਦੀਆਂ ਜਿਸ ਕਰਕੇ ਇਹ ਮਾਮਲਾ ਜਿਹੜਾ ਹੈ ਉਹ ਠੰਡਾ ਪੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੁਣ ਜਿਹੜੀਆਂ ਪੰਚਾਇਤੀ ਚੋਣਾਂ ਆ ਰਹੀਆਂ ਨੇ ਅਤੇ ਦੂਜੇ ਪਾਸੇ ਹਰਿਆਣਾ ਇਲੈਕਸ਼ਨ ਹੈ ਅਤੇ ਉਸ ਵਿਚਾਲੇ ਇਹ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ। ਤਾਂ ਕਿਹੜੇ ਪੰਜ ਨਵੇਂ ਚਿਹਰੇ ਨੇ ਜਿਨ੍ਹਾਂ ਵੱਲੋਂ ਅੱਜ ਸਹੁੰ ਚੁੱਕੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੇ ਉਹ ਪੰਜ ਚਿਹਰੇ ਨੇ ਜਿਹੜੇ ਕਿ ਜਿਨ੍ਹਾਂ ਦੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਐਂਟਰੀ ਹੋਵੇਗੀ। ਅਤੇ ਇਹਨਾਂ ਦੇ ਵਿੱਚ ਵਿਧਾਇਕ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੋਨ, ਮਹਿੰਦਰ ਭਗਤ ਅਤੇ ਡਾਕਟਰ ਰਵੀਜੋਤ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਤਾਂ ਦੱਸ ਦਿੰਦੇ ਹਾਂ ਕਿ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਤੋਂ ਸੋਮਵਾਰ ਨੂੰ ਸਹੁੰ ਚੁੱਕ ਸਮਾਗਮ ਦੇ ਲਈ ਸਮਾਂ ਮੰਗਿਆ ਗਿਆ ਸੀਗਾ ਅਤੇ ਅੱਜ ਕਿਆਸਿਆਰੀਆਂ ਲਗਾਈਆਂ ਜਾ ਰਹੀਆਂ ਕਿ ਰਾਜ ਭਵਨ ਦੇ ਵਿੱਚ 5 ਵਜੇ ਇਹਨਾਂ ਦੀ ਸਹੁੰ ਚੁਕਾਈ ਜਾਵੇਗੀ। ਜਿਹੜਾ ਪੰਜ ਨਵੇਂ ਮੰਤਰੀਆਂ ਦੀ ਗੱਲ ਕੀਤੀ ਜਾਵੇ ਜਿਹੜੇ ਕਿ ਹੁਣ ਬਣਨ ਜਾ ਰਹੇ ਨੇ ਸ਼ਾਮ ਨੂੰ 5 ਵਜੇ ਸਹੁੰ ਚੁੱਕਣ ਤੋਂ ਬਾਅਦ, ਤਾਂ ਬਰਿੰਦਰ ਕੁਮਾਰ ਗੋਇਲ ਜਿਹਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਨੇ। ਜੇ ਤਰਨਪ੍ਰੀਤ ਸਿੰਘ ਸੋਨ ਦੀ ਗੱਲ ਕੀਤੀ ਜਾਵੇ ਤਾਂ ਇਹ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਚੁਣੇ ਗਏ ਨੇ। ਉੱਥੇ ਮਹਿੰਦਰ ਭਗਤ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਜਲੰਧਰ ਤੋਂ ਜਿਮਨੀ ਚੋਣ ਜਿੱਤੀ ਗਈ ਸੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਵੀ ਇਹ ਗੱਲ ਆਖੀ ਗਈ ਸੀਗੀ ਉੱਥੇ ਦੀ ਜਨਤਾ ਨੂੰ ਕਿ ਤੁਸੀਂ ਮਹਿੰਦਰ ਭਗਤ ਨੂੰ ਬਹੁਮਤ ਦੇ ਨਾਲ ਜਿਤਾਓ, ਉਸ ਤੋਂ ਬਾਅਦ ਅਗਲੀ ਪੌੜੀ ਚੜਾਉਣ ਦਾ ਕੰਮ ਉਹਨਾਂ ਦਾ ਖੁਦ ਹੋਵੇਗਾ, ਯਾਨੀ ਕਿ ਵਿਧਾਇਕ ਤੋਂ ਮੰਤਰੀ ਬਣਾਉਣ ਦਾ ਕੰਮ ਖੁਦ ਹੋਵੇਗਾ। ਤਾਂ ਅੱਜ ਮੰਤਰੀ ਮਹਿੰਦਰ ਭਗਤ ਦਾ ਨਾਮ ਵੀ ਚਰਚਾ 'ਚ ਹੈ ਅਤੇ ਉਹ ਵੀ ਅੱਜ ਜਿਹੜੇ ਨੇ ਮੰਤਰੀ ਪਦ ਦੀ ਸਹੁੰ ਚੁੱਕ ਸਕਦੇ ਨੇ। ਤਾਂ ਤੁਹਾਨੂੰ ਇਸ ਦੇ ਨਾਲ ਹੋਰ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਹਰਦੀਪ ਸਿੰਘ ਮੁੰਡੀਆ ਜੋ ਕਿ ਲੁਧਿਆਣਾ ਦੀ ਸਾਹਨੇਵਾਲ ਸੀਟ ਤੋਂ ਵਿਧਾਇਕ ਨੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ। ਤਾਂ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਚੌਥੀ ਵਾਰ ਜਿਹੜਾ ਹੈ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ। ਤਾਂ ਜਿਵੇਂ ਹੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਉਸ ਦੇ ਮਗਰੋਂ ਹੀ ਇਹ ਵੱਡਾ ਫੈਸਲਾ ਕਹਿ ਲਿਆ ਜਾਵੇ ਕਿ ਜਿੱਥੇ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ। ਜੋਤੀ ਜੇ ਜਿਨ੍ਹਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ ਅਨਮੋਲ ਗਗਨ ਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਅਨਮੋਲ ਗਗਨ ਮਾਨ ਦਾ ਦੱਸਿਆ ਜਾ ਰਿਹਾ ਕਿ ਰਿਪੋਰਟ ਕਾਰਡ ਸਹੀ ਨਹੀਂ ਸੀ, ਯਾਨੀ ਕਿ ਆਪਣੇ ਖੇਤਰ ਦੇ ਵਿੱਚ ਹੀ ਉਹ ਐਕਟਿਵ ਚੰਗੀ ਤਰ੍ਹਾਂ ਨਹੀਂ ਸੀ। ਉੱਥੇ ਦੂਜੇ ਪਾਸੇ ਉਹਨਾਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਗਈ ਸੀ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਨਾਂ ਉੱਤੇ ਅਫਸਰ ਜਿਹੜੇ ਨੇ ਪੈਸੇ ਲੈਂਦੇ ਨੇ ਅਤੇ ਇਸ ਨੂੰ ਲੈ ਕੇ ਵੀ ਉਹ ਕਾਫੀ ਚਰਚਾ ਦੇ ਵਿੱਚ ਆਏ ਸੀ। ਅਤੇ ਉੱਥੇ ਜੇ ਬਲਕਾਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਬਲਕਾਰ ਸਿੰਘ ਦਾ ਵੀ ਇਹੀ ਨਾਮ ਸਾਹਮਣੇ ਆਇਆ ਕਿ ਉਹਨਾਂ ਦੀ ਜੋ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਨਿਸ਼ਾਨੇ ਉੱਤੇ
विरोधियों के निशाने उत्ते सी, जिस करके उन्होंने वालों कई तरह के बयानबाजी भी की जा रही थी। जो पंजाब के मुख्यमंत्री भगवंत मान को एक्शन लेने लिए भी कहा गया सगा, तो किसी ना कि इस कारण यह भी कारण जोड़ा है दसया जा रहा है। उत्थे दूजे पासे जे ब्रह्मशंकर जिंपा की गल की जाए तो प्रे जोड़ा माजरा की गल की जाए तो ये दोवे जोड़े मंत्री ने रहे तो हूँ तो इन्हों वालों इस्तीफा दे दिता गया, पर जे दोवें जने है जोड़ा माजरा तो ब्रह्मशंकर जिंपा ये दसे जा रहे हैं कि सीएम भगवंत मान के काफ़ी ज़्यादा करीबी भी ने, पर कि ना कि जिहड़ा आम आदमी पार्टी के संगठन का कोई मैंबर इन्हों जरूर बनाया जा सकता है, सूत्र दस रहे हैं। पर किते ना किते जिहड़ा दोवें नू मंत्री पद तो हटाना एक वड्डा झटका कह सकते हैं, क्योंकि इन्होंने रिपोर्ट कार्ड भी गल की जाए तो अपने इलाके काफ़ी ज़्यादा एक्टिव भी रहते हैं तो सीएम के भी काफ़ी ज़्यादा करीबी ने, तो किते ना किते इन्होंने रिपोर्ट कार्ड में वेखद हो वड्डा फैसला लिता गया। हुण पांच नवे चेहरियां नू मंत्रीमंडल दे विच उन्हां दी एंट्री कराई जाएगी, तो अज शाम 5 बजे ये सहुं चुकणगे, तो उस तो बाद नवा विस्तार जिहड़ा है कैबिनेट दे विच होवेगा। तो उत्थे गल की जाए तो पंजाब दे विच हुण सीएम सने कुल 15 मंत्री ने, तो हुण जदों इन्हां वल्लों सहुं चुक ली जाएगी तो कुल मिला के 18 हो जाएंगे। तो इस विचार तो मैं भी दस दिनी हाँ कि कितना किते जो टारगेट की गल की जाए तो सीएम मान का टारगेट कितना किते कहा जा सकता है कि उन्होंने वालों अनुसूचित जातियों अपना टारगेट मनिया जा रहा है कि कितना किते उन्होंने चेहरियां जोड़ा है मंत्री पद में स्थान दी जाए, जिस करके जोड़े लोगों भी काफ़ी ज़्यादा हो प्रभाव कर सकन। ये भी किसी ना कि क्यासियारियां लगाई जा रही हैं कि ना कि भगवंत मान की स्ट्रैटेजी हो सकती है, पर तुहानू दस दें कि अज 5 नवे चेहरे जोड़े ने सौन चुक सकते हैं 5 बजे शाम के, तो राजभवन विखे इन्ह 5 नवे चेहरों वालों सौन चुकी जाएगी।